ਦੇਖੋ ਕਿਸਮਤ ਦਾ ਖੇਲ। ਦੋ ਭਰਾ ਜੋ ਕਿ ਕਿਤੇ ਘੁੰਮਣ ਜਾ ਰਹੇ ਸੀ, ਰਸਤੇ ਦੇ ਵਿੱਚ ਇੱਕ ਕਾਰ ਚਾਲਕ ਨੂੰ ਹੱਥ ਦੇ ਕੇ ਉਹਦੇ ਕੋਲ ਲਈ ਲਿਫਟ, ਲੇਕਿਨ ਕਾਰ ਚਾਲਕ ਵੱਲੋਂ ਗੱਡੀ ਤੇਜ਼ ਭਜਾਉਂਦੇ ਹੋਏ ਅਚਾਨਕ ਸਟੀਅਰਿੰਗ ਉੱਤੇ ਆਪਣਾ ਕੰਟਰੋਲ ਖੋਹਦੇ ਹੋਏ ਇੱਕ ਦਰਖਤ ਨਾਲ ਜਾ ਟਕਰਾਈ, ਜਿੱਥੇ ਕਿ ਮੌਕੇ ਦੇ ਉੱਤੇ ਹੀ ਇੱਕ ਭਰਾ ਦੀ ਡੈਥ ਹੋ ਗਈ ਅਤੇ ਦੂਸਰਾ ਹਸਪਤਾਲ ਜਾ ਕੇ ਡੈਥ ਹੋ ਗਈ। ਇਹ ਘਟਨਾ ਜਿਹੜੀ ਹੈਗੀ ਆ ਤਰਨ ਤਾਰਨ ਦੇ ਚੋਹਲਾ ਸਾਹਿਬ ਦੀ ਦੱਸੀ ਜਾ ਰਹੀ ਹੈ। ਚੋਹਲਾ ਸਾਹਿਬ ਦੇ ਥਾਣੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਲੇਕਿਨ ਤੁਹਾਨੂੰ ਦੱਸ ਦਈਏ ਕਿ ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਦੀ ਮੌਤ ਹੀ ਉਹਨਾਂ ਨੂੰ ਖਿੱਚ ਕੇ ਲੈ ਗਈ ਸੀ ਅਣਜਾਣ ਆਦਮੀ ਕੋਲੋਂ। ਕਾਰ ਦੇ ਵਿੱਚ ਬਹਿਣਾ ਪੈ ਗਿਆ ਇਹਨਾਂ ਨੂੰ ਮਹਿੰਗਾ, ਅਤੇ ਹੋਣੀ ਹੀ ਇਹਨਾਂ ਨੂੰ ਲੈ ਗਈ ਮੌਤ ਦੇ ਮੂੰਹ ਦੇ ਵਿੱਚ। ਬੜੀ ਦੁਖਦਾਈ ਘਟਨਾ ਪਿੰਡ ਦੇ ਵਿੱਚ ਵਾਪਰ ਗਈ ਹੈ। ਪਿੰਡ ਵਾਲਿਆਂ ਵੱਲੋਂ ਸਾਰਿਆਂ ਵੱਲੋਂ ਜਿਹੜਾ ਕਿ ਬਹੁਤ ਹੀ ਦੁੱਖ ਸਾਂਝਾ ਕੀਤਾ ਜਾ ਰਿਹਾ। ਦੋਨੋਂ ਭਤੀਜੇ ਲੱਗਦੇ ਜੀ ਮੇਰੇ। ਕੀ ਗੱਲ ਬਣੀ ਇਹਨਾਂ ਨਾਲ? ਗੱਲ 9:30 ਤਕਰੀਬਨ ਗਏ ਉੱਥੇ ਸਰਣੀ ਰੋਡ 'ਤੇ ਢਾਬਾ ਵਾ ਬਾਬਿਆਂ ਦਾ ਖਾਲਸਾ, ਉੱਥੇ ਰੋਟੀ ਖਾਣ ਗਏ ਆ ਅਤੇ ਮੁੜ ਕੇ ਘੰਟੇ ਬਾਅਦ ਰੋਟੀ ਖਾ ਕੇ ਆਇਆ ਅਤੇ ਮੁੜ ਕੇ ਰਸਤੇ ਦੇ ਵਿੱਚ ਹੀ ਹਾਦਸਾ ਵਾਪਰ ਗਿਆ ਉਹਨਾਂ ਨਾਲ। ਕਿੰਨੇ ਜਾਣੇ ਸੀ ਗੱਡੀ 'ਚ? ਗੱਡੀ 'ਚ 2 ਜਣੇ ਸੀ ਜੀ, ਇੱਕ ਤਾਂ ਦੋਨੋਂ ਭਤੀਜੇ ਸੀ, ਇੱਕ ਰਸਤੇ ਦੇ ਵਿੱਚ ਕੋਈ ਰੱਤੋ ਕਹਿੰਦਾ ਲੜਕਾ ਉਹਨੂੰ ਬਾਹਰੋਂ ਜਲੰਧਰੋਂ ਆਇਆ ਕੰਮ ਤੋਂ, ਉਹਨੂੰ ਲਿਫਟ ਦਿੱਤੀ ਨਾਲ, ਅਤੇ ਰਸਤੇ 'ਚ ਆਉਂਦੇ ਮੁੜ ਕੇ ਹਾਦਸਾ ਵਾਪਰ ਗਿਆ ਉਹਨਾਂ ਦਾ। ਕਿੰਨਾ ਦੀ ਮੌਤ ਹੋ ਗਈ ਮੌਕੇ 'ਤੇ? ਹਾਂਜੀ, 3 ਦੀ ਮੌਤ ਹੋ ਗਈ ਕਿਤੇ। ਕੀ ਨਾਂ ਸੀ ਇਹਨਾਂ ਦੇ ਮੁੰਡਿਆਂ ਦਾ? ਇਹ ਇੱਕ ਦਾ ਨਾਂ ਸੀ ਆਪਣਾ ਅੰਕੁਸ਼ ਨਹੀਂ ਹੈ, ਅਤੇ ਦੂਸਰਾ ਜਿਹੜਾ ਉਹਦਾ ਨਾਂ ਜਤਨ ਨਹੀਂ ਹੈ। ਸਵਾਰ ਦੋ ਹੀ ਪਰਿਵਾਰ ਦੇ ਮੈਂਬਰ, ਇੱਕ ਤੀਜੇ ਨੇ ਲਿਫਟ ਦਿੱਤੀ, ਉੱਥੋਂ ਰੱਤੋਗੇ ਦਾ ਮੁੰਡਾ ਸੀ ਕੋਈ, ਉਹਨੂੰ ਲਿਫਟ ਦਿੱਤੀ ਨਾਲ, ਤੀਜਾ ਉਹ ਮੁੰਡਾ ਪੂਰਾ ਹੋਇਆ, 3 ਮੌਤਾਂ ਹੋਈਆਂ। ਮੁੰਡਾ ਹੋਸਪਿਟਲ ਪੂਰਾ ਹੋਇਆ, ਇਹ ਕੱਢਿਆ ਆਪਣੇ ਬੜੇ ਜ਼ੋਰ ਨਾਲ ਨਿਕਲਿਆ ਬੜਾਓ ਕੱਢ ਕੇ ਬਾਹਰ ਕੱਢਿਆ ਅਤੇ ਜੀਵੇ ਲਾਈ। ਇੱਕ ਦਾ ਨਾਂ ਜੀ ਅੰਕੁਸ਼ ਅਤੇ ਦਾਨਿਸ਼, ਜਤਿਨ ਅਤੇ ਅੰਕੁਸ਼, ਉਹਦੇ ਨਾਂ ਦੀ ਵੀ ਮੈਨੂੰ ਨਾਲ ਪਤਾ ਨਹੀਂ ਕੁਛ ਵੀ, ਉਹ ਉੱਥੇ ਹੀ ਉਦੋਂ ਲੈ ਗਏ ਇਹ, ਉੱਥੇ ਕਿਤੇ ਰੋਟੀ ਖਾਂਦੇ ਪਏ ਤਾਂ ਉਹ ਮੋੜ 'ਤੇ ਖਲੋਤਾ ਨਾ ਵਾ, ਚੋਲੇ ਨੂੰ ਜਾਣਾ ਤਾਂ ਕਿੰਨੇ ਚਲਾ ਜਾ ਨਾਲ ਹੀ। ਇਹ ਹਾਦਸਾ ਜੀ 11:30-12 ਦੇ ਵਿੱਚ ਵਿੱਚ ਸਾਨੂੰ ਜੀ ਢਾਬੇ ਵਾਲੇ ਨੇ ਫੋਨ ਕੀਤਾ ਕਿ ਤੁਹਾਡੇ ਜਿਹੜੇ ਮੁੰਡੇ ਰੋਟੀ ਖਾ ਕੇ ਗਏ, ਉਹਨਾਂ ਨਾਲ ਅੱਗੇ ਵੀ ਮੁੰਡਾ ਰੋਟੀ ਖਾਂਦਾ ਸੀ, ਅਤੇ ਚਲੋ ਫੋਨ ਫਾਨ ਕਰ ਦਿੰਦੇ ਕਿ ਜਾਂ ਰੋਟੀ ਬਣਾ ਕੇ ਰੱਖੀ ਲੈ ਜਾਵਾਂਗੇ। ਉਹਨੇ ਦੱਸਿਆ ਤੁਹਾਡੇ ਮੁੰਡੇ ਰੋਟੀ ਖਾ ਕੇ ਨਿਕਲੇ, ਉਹਨਾਂ ਦਾ ਐਕਸੀਡੈਂਟ ਹੋ ਗਿਆ, ਜਿਹੜਾ ਬੰਦਾ ਰੱਤੋਗੇ ਦਾ ਬੈਠਾ ਨਾ, ਉਹਨਾਂ ਨੇ ਜਾਂਦੇ ਵਾਰ ਦੱਸਿਆ ਕਿ ਐਕਸੀਡੈਂਟ ਹੋ ਗਿਆ ਗੱਡੀ ਦਾ। ਉਹ ਫਿਰ ਜਦੋਂ ਅਸੀਂ ਹਸਪਤਾਲ ਪਹੁੰਚੇ, ਫਿਰ ਹਸਪਤਾਲ ਵਾਲਿਆਂ ਨੇ ਸਾਨੂੰ ਦੱਸਿਆ ਅਤੇ ਅਸੀਂ ਵਾਪਸ ਆ ਕੇ ਨਹੀਂ ਚੁੱਕਿਆ ਇਹਨਾਂ ਨੂੰ। ਮੌਕੇ 'ਤੇ ਮੌਤ ਹੋ ਗਈ? ਹਾਂਜੀ, ਮੌਕੇ 'ਤੇ ਮੌਤ ਹੋ ਗਈ ਜੀ।